Z5 ऐप डाउनलोड करो ते देखो पूरे एपिसोड बिल्कुल फ्री। रुक जाओ, मेरे भरोसे की लाज रख ली सरताज, तू आ गया, आज तू प्यार तो मेरा भरोसा टूटन तो बचा लिया। ये सब की तमाशा चल रहा है? हाडे सब तो साड़ी खुशी बर्दाश्त नहीं होंदी। आज मेरी धी किरत की मंगनी है ते तुहाडा सरताज साडे फंक्शन च खलल पाना आ गया। मैं अज दे शुभ दिन ते कुछ भी बुरा नहीं बोलना, इसलिए चुपचाप तुसी सारे इत्थों चले जाओ। सरताज तू इत्थे की लेना आ? तेनू मेरी एक भी गल समझ नहीं आती? चल जा इत्थों। नहीं डैड, आज मैं तुहाडी कोई गल नहीं सुन। आज तक ना मैं सिर्फ मॉम ते तुहाडी गल ही सुनता है, पर अज मैं किसे दी कोई गल नहीं सुननी। क्यों, असी दुश्मन है तेरे? पता नहीं, पर दोस्त भी नहीं हूं। जे दोस्त होंदे ते मेरे दिल दी गल जरूर समझदे, मेरी हर खुशी नूं पहल मिलदी। जे तुसी सचमुच मेरे दिल दे नेड़े होंदे तां आज नहीं। वैसे मैनू दसन की लोड़ तो नहीं कि मैं इत्थे क्यों आया ते कीरत की मंगनी क्यों रोक रहा। मॉम डैड, तुहानू की लग्या सी कि तुसी मैनू कमरे च बंद कर दोगे ते मैं बाहर नहीं आ पाऊंगा? बॉबी, बॉबी फोन चक्के यार। हेलो, हाँ बॉबी, बॉबी सरताज, थैंक यू सो मच यार बॉबी,
ਤਾਂ ਠੀਕ ਹੈ ਸਰਤਾਜ, ਪਰ ਤੂੰ ਇੱਥੇ ਐਵੇਂ ਉਹ ਸਭ ਮੈਂ ਤੈਨੂੰ ਬਾਅਦ 'ਚ ਦੱਸਦਾ ਬੋਬੀ, ਪਰ ਹੁਣੇ ਮੈਨੂੰ ਜਾਣਾ ਪੈਣਾ। ਥੈਂਕ ਯੂ ਯਾਰ ਬੋਬੀ, ਥੈਂਕ ਯੂ ਸੋ ਮਚ। ਉਹ ਜੋ ਵੀ ਹੈ ਤੂੰ ਜਾ ਇੱਥੋਂ। ਨਹੀਂ ਮੈਂ ਨਹੀਂ ਜਾਣਾ। ਕਿਉਂ? ਕਿਉਂਕਿ ਮੈਂ ਕਿਰਤ ਦੀ ਮੰਗਣੀ ਨਹੀਂ ਹੁੰਦੀ। ਕਿਉਂ ਨਹੀਂ ਹੋਣ ਦੇਣੀ ਤੂੰ ਕਿਰਤ ਦੀ ਮੰਗਣੀ? ਕਿਉਂਕਿ ਮੈਂ ਕਿਰਤ ਨੂੰ ਪਿਆਰ ਕਰਦਾ। ਪਿਆਰ ਕਰਦਾ ਪਿਆਰ ਤੇ ਕਿਰਤ ਤੇ ਕਿਰਤ ਸਿਰਫ ਮੇਰੀ ਸਿਰਫ ਮੇਰੀ ਸਿਰਫ ਮੇਰੀ ਸਿਰਫ ਅੱਜ ਕਿਰਤ ਦਾ ਭਰੋਸਾ ਜਿੱਤ ਗਿਆ। ਜੋ ਕਿਰਤ ਸੋਚਦੀ ਸੀ ਉਹੀ ਹੋਇਆ। ਅੱਜ ਸਰਤਾਜ ਨੇ ਸਭ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਬੋਲਤੀ। ਥੈਂਕ ਯੂ ਪਾਪਾ ਜੀ, ਤੁਸੀਂ ਕਿਰਤ ਦਾ ਸਾਥ ਦਿੱਤਾ। ਸਰਤਾਜ, ਤੇਰਾ ਦਿਮਾਗ ਹਿੱਲ ਗਿਆ ਹੈ। ਤੂੰ ਕੋਈ ਨਸ਼ਾ ਤਾਂ ਨਹੀਂ ਕਰਕੇ ਆਇਆ? ਇਹ ਕੀ ਬਕਵਾਸ ਕਰੀ ਜਾ ਰਿਹਾ? ਚੱਲ ਗਿਆ, ਸਭ ਨੂੰ ਕਹਿ ਕਿ ਜੋ ਤੂੰ ਕਿਹਾ ਤੂੰ ਝੂਠ ਕਿਹਾ। ਚੱਲ ਚੱਲ ਸਰਤਾਜ, ਅੱਗੇ ਆ ਕੇ ਕਹਿ। ਨਹੀਂ ਮਾਮ, ਇਹ ਸੱਚ ਹੈ। ਇਹ ਸੱਚ ਮੈਂ ਹਜ਼ਾਰ ਵਾਰ ਕਹਿਣ ਲਈ ਤਿਆਰ ਹਾਂ ਕਿ ਮੈਂ ਕਿਰਤ ਨੂੰ ਪਿਆਰ ਕਰਾਂ। ਪਿਆਰ ਕਰਾਂ ਤੇ ਮਾਮ, ਇਹ ਵੀ ਸੱਚ ਹੈ ਕਿ ਕਿਰਤ ਵੀ ਮੈਨੂੰ ਪਿਆਰ ਕਰਦੀ ਹੈ। ਕਿਸੇ ਹੋਰ ਨਾਲ ਇੰਗੇਜਮੈਂਟ ਕਰਾਉਣ ਲਈ ਤਿਆਰ ਕਿਉਂ ਹੋ ਗਈ? ਪਰਿਵਾਰ ਤੇ ਤੁਹਾਡੇ ਸਭ ਦੇ ਪ੍ਰੈਸ਼ਰ 'ਚ ਆ ਕੇ ਕਰ ਰਹੀ ਹੋ ਆ ਸਭ। ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਸ਼ਮੀ, ਇਹ ਸਭ ਕੀ ਚੱਲ ਰਿਹਾ? ਸਰਤਾਜ, ਬਸ ਬਹੁਤ ਹੋ ਗਿਆ। ਆਪਣੀ ਬਕਵਾਸ ਬੰਦ ਕਰ ਤੇ ਨਿਕਲ ਜਾ ਇੱਥੋਂ। ਡੈਡ, ਜੋ ਸੱਚ ਤੇ ਸਹੀ ਸੀ ਉਹ ਮੈਂ ਬੋਲਤਾ। ਤੇਰੇ ਲਈ ਕੀ ਸਹੀ ਆ ਤੇ ਕੀ ਗਲਤ ਆ ਉਹ ਮੈਂ ਡਿਸਾਈਡ ਕਰੂੰਗਾ, ਤੂੰ ਨਹੀਂ। ਤੂੰ ਨਹੀਂ ਮੈਨੂੰ ਮੇਰੇ ਸਹੀ ਗਲਤ ਦੀ ਪਛਾਣ ਹੈ ਡੈਡ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।